ਮੇਰੇ ਕੋ ਐਨੇ ਜ਼ਿਆਦਾ ਮਜ਼ਬੂਤੀ ਨਹੀਂ ਸੀ ਕਿ ਮੈਂ ਸਕੂਲ ਜਾਂ ਕਾਲਜ ਚ ਪੜ ਸਕਾਂ ਗਰੀਬ ਬੰਦੇ ਨੂੰ ਸਭ ਤੋਂ ਪਹਿਲਾਂ ਤਾਂ ਖਾਬ ਲੈਣ ਦਾ ਕੋਈ ਹੱਕ ਨਹੀਂ ਹੁੰਦਾ ਪੰਜਾਬ ਤਾਂ 47 ਤੋਂ ਬਾਅਦ ਸਿਰਫ ਲਕੀਰ ਪਈ ਹੈ ਨਾ ਪੰਜਾਬ ਤਾਂ ਉਧਰ ਦੀ ਪੰਜਾਬ ਵੱਡਾ ਪੰਜਾਬ ਉਧਰ ਰਹਿ ਗਿਆ ਸਾਨੂੰ ਛੋਟਾ ਪੰਜਾਬ ਮਿਲਿਆ ਮੈਂ ਸਮਝਦਾ ਕਿ ਇਸ ਵੇਲੇ ਕੋਈ ਦੌਰ ਬਹੁਤੇ ਵਧੀਆ ਨਹੀਂ ਚੱਲ ਰਿਹਾ ਪੋਲੀਟੀਕਲੀ ਵੀ ਔਰ ਸੋਸ਼ੀਅਲੀ ਵੀ ਅੱਗੇ ਤੁਹਾਡਾ ਮਨ ਦੱਸਿਓ ਕਿ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਓ ਜਾਂ ਨਾ ਪਾਓ ਹੈਨਾ ਤੇ ਹੁਣ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਮੈਂ ਕਿੰਨੂੰ ਵੋਟ ਪਾਈ ਸਰਕਾਰ ਪੰਜਾਬ ਤੋਂ ਚੱਲ ਰਹੀ ਹੈ ਕਿ ਦਿੱਲੀ ਤੋਂ ਚੱਲ ਰਹੀ ਹੈ ਕਨਫਿਊਜ਼ਨ ਜਿਹੜੀ ਹੈ ਇਹ ਜਲਦੀ ਤੋਂ ਜਲਦੀ ਲੋਕਾਂ ਨੂੰ ਕਲੀਅਰ ਹੋਣੀ ਚਾਹੀਦੀ ਹੈ ਆਡੀਅנס ਦੀਆਂ ਤਾਲੀਆਂ ਉਹਨਾਂ ਦੀ ਐਪਰੀਸ਼ੀਏਸ਼ਨ ਮੋਟੀਵੇਟ ਕਰਦੀ ਐਨੀ ਮੋਟੀਵੇਟ ਕਰਦੀ ਕਿ ਹਰ ਵਾਰੀ ਮੈਂ ਜਿੰਨਾ ਕੌਨਫੀਡੈਂਸ ਸਟੇਜ ਤੇ ਲੈ ਕੇ ਜਾਂਦਾ ਉਸ ਤੋਂ ਡਬਲ ਕੌਨਫੀਡੈਂਸ ਨਾਲ ਮੈਂ ਸਟੇਜ ਤੋਂ ਵਾਪਸ ਆਦਾ ਕੁਗੀ ਜੀ 30 ਸਾਲ ਤੋਂ ਵੱਧ ਹੋ ਗਏ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਐਂਟਰੇਨ ਕਰਦੇ ਹੋਏ ਤੁਸੀਂ ਬਹੁਤ ਪੋਰ ਬੈਕਗਰਾਉਂਡ ਤੋਂ ਸੀਗੇ ਹੈਨਾ ਕਿਵੇਂ ਕਿਵੇਂ ਤੁਸੀਂ ਉਸ ਵੇਲੇ ਸੋਚਿਆ ਕਿਵੇਂ ਤੇ ਫਿਰ ਇਹ ਸਾਰਾ ਜਿਵੇਂ ਤੁਸੀਂ ਅਚੀਵ ਕੀਤਾ ਇਸ ਇਸ ਦੇ ਲਈ ਕਿਸ ਨੂੰ ਕ੍ਰੈਡਿਟ ਦੇਣਾ ਚਾਹੋਗੇ ਸਾਡੇ ਇਹਨਾਂ ਮੁਲਕਾਂ ਦੀ ਮੈਂ ਕਹਾਂਗਾ ਨਹੀਂ ਕਿ ਸਾਡੇ ਮੁਲਕ 'ਚ ਹੀ ਪ੍ਰੋਬਲਮ ਹੈ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਇਹ ਹੈ ਕਿ ਗਰੀਬ ਬੰਦੇ ਨੂੰ ਸਭ ਤੋਂ ਪਹਿਲਾਂ ਤਾਂ ਖਾਬ ਲੈਣ ਦਾ ਕੋਈ ਹੱਕ ਨਹੀਂ ਹੁੰਦਾ ਹੂੰ ਤੇ ਤੂੰ ਖਾਬ ਵੀ ਕਿਉਂ ਲਿਆ ਤੂੰ ਸੋਚਿਆ ਵੀ ਕਿਉਂ ਜਦੋਂ ਮੈਂ ਵੀ ਸ਼ੁਰੂਆਤ ਕੀਤੀ ਤੇ ਦੂਰਦਰਸ਼ਨ ਉਹ ਤਾਂ ਬੜੀ ਵੱਡੀ ਚੀਜ਼ ਹੁੰਦਾ ਸੀ ਜੀ ਤੇ ਅਸੀਂ ਦੂਰਦਰਸ਼ਨ ਤੇ ਆਉਣ ਦੀ ਜਦੋਂ ਲਾਲਸਾ ਜਾਗੀ ਤਾਂ ਪਹਿਲਾ ਉੱਥੇ ਸਾਰਿਆਂ ਦਾ ਰਿਐਕਸ਼ਨ ਇਹੀ ਸੀਗਾ ਵੀ ਇਹ ਦੂਰਦਰਸ਼ਨ ਦੇ ਅੰਦਰ ਕਿਵੇਂ ਵੜ ਆਉਂਦਾ ਮੁੰਡਾ ਐਕਸਪ੍ਰੈਸ਼ਨ ਜਾਂ ਉਹਨਾਂ ਦਾ ਟ੍ਰੀਟਮੈਂਟ ਇਦਾਂ ਹੁੰਦਾ ਸੀ ਵੀ ਤੇਰੇ ਵਰਗੇ ਬੰਦੇ ਦਾ ਇੱਥੇ ਕੀ ਕੰਮ ਹੈ ਜਸ ਬਿਕੋਜ਼ ਆਫ ਦ ਪੂਅਰ ਬੈਕਗਰਾਉਂਡ ਉਹ ਬੈਕਗਰਾਉਂਡ ਲੁਕਸ ਵੀ ਦੇਸੀ ਸੀ ਜਾਣਾ ਵੀ ਸਾਈਕਲ ਤੇ ਹਨਾ ਜਾਂ ਬੱਸ ਦੇ ਪਿੱਛੇ ਲਟਕ ਕੇ ਜਾਣਾ ਤੋ ਫਿਰ ਮੇਰੀ ਕੋਈ ਵੀ ਚੀਜ਼ ਜਿਹੜੀ ਉਹਨਾਂ ਨੂੰ ਸੂਟ ਨਹੀਂ ਸੀ ਕਰਦੀ ਨਾ ਤਾਂ ਮੇਰੀ ਜੇਬ 'ਚ ਕੋਈ ਪੈਸਾ ਨਾ ਮੇਰੇ ਥੱਲੇ ਗੱਡੀ ਇਹ ਗੱਲ ਕਰ ਰਿਹਾ ਵੈਨ ਆਈ ਵਾਸ 17 18 ইয়ার্স 올ਡ ਇੱਕ ਆਪ ਸ਼ੁਰੂ ਕਿਵੇਂ ਹੋਇਆ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਹੈ ਨਹੀ ਕੋਈ ਬੈਕਗ੍ਰਾਉਂਡ ਨਹੀਂ ਸਾਡਾ ਇਦਾਂ ਦਾ ਮੇਰੇ ਪਰਿਵਾਰ ਚੋਂ ਕੋਈ ਐਕਟਰ ਨਾ ਤਾਂ ਪਹਿਲੋਂ ਸੀ ਨਾ ਅਜੇ ਤੱਕ ਬਾਅਦ ਚ ਕੋਈ ਬਣਿਆ ਪਰ ਮੈਨੂੰ ਬਚਪਨ ਤੋਂ 4th ਸਟੈਂਡਰਡ ਤੋਂ ਸ਼ੌਕ ਪੈ ਗਿਆ ਸਕੂਲ ਦੇ ਵਿੱਚ ਉੱਠ ਕੇ ਪਰਫਾਰਮ ਕਰਨ ਦਾ ਜਿਹੜੀ ਸੈਟਰਡੇ ਵਾਲ ਸਭਾ ਲੱਗਦੀ ਹੁੰਦੀ ਸੀ ਫਿਰ ਉਸ ਤੋਂ ਬਾਅਦ ਮੈਂ ਇੱਕ ਥੀਏਟਰ ਗਰੁੱਪ ਦੇ ਨਾਲ ਜੁੜ ਗਿਆ ਫਿਰ ਅਸੀਂ ਆਪਣਾ ਥੀਏਟਰ ਗਰੁੱਪ ਬਣਾ ਲਿਆ ਉਹ ਥੀਏਟਰ ਕਰਦੇ ਕਰਦੇ ਅੰਦਰ ਲਾਲਸਾ ਬਹੁਤ ਜਾਗੀ ਕਿ ਮੈਂ ਹੁਣ ਟੀਵੀ ਤੇ ਵੀ ਆਵਾਂ ਮੈਂ ਡਿਸਕਰੇਜ ਤਾਂ ਨਹੀਂ ਹੋਇਆ ਉੱਥੋਂ ਲੋਕਾਂ ਕੋਲੋਂ ਕਿਉਂਕਿ ਮੈਨੂੰ ਸਟੇਜ ਤੇ ਮੈਂ ਬੜਾ ਅਪਰੀਸ਼ੀਏਟ ਹੁੰਦਾ ਹੁੰਦਾ ਸੀ ਮੈਂ ਪਲੱਸ 1 ਤੇ ਪਲੱਸ 2 ਪ੍ਰਾਈਵੇਟ ਕੀਤੀ ਆਪਣੀ ਠੀਕ ਹੈ ਕਿਉਂਕਿ ਮੇਰੇ ਕੋਲ ਇੰਨੇ ਜ਼ਿਆਦਾ ਮਜ਼ਬੂਤੀ ਨਹੀਂ ਸੀ ਕਿ ਮੈਂ ਸਕੂਲ ਜਾਂ ਕਾਲਜ ਚ ਪੜ ਸਕਾਂ ਅੱਛਾ ਤੇ ਉਹ ਫਿਰ ਅਸ ਮੈਂ ਕਰਤਾਰਪੁਰ ਤਹਿਸੀਲ ਦੇ ਬਾਹਰ ਅਰਜ਼ੀਆਂ ਲਿਖਣ ਦਾ ਕੰਮ ਕਰਦਾ ਹੁੰਦਾ ਪੈਨ ਨਾਲ ਲਿਖਦੇ ਹੁੰਦੇ ਸੀ ਉਦੋਂ ਅੱਛਾ ਆ ਲੋਕ ਅਰਜ਼ੀਆਂ ਬਿਆਨੇ ਪਰਨੋਟ ਹਨਾ ਇਹ ਚੀਜ਼ਾਂ ਰਜਿਸਟਰੀਆਂ ਇਹ ਲਿਖਦਾ ਹੁੰਦਾ ਸੀ ਮੈਨੂੰ 5-7 ਰੁਪਏ ਰੋਜ਼ ਦੇ ਮਿਲਦੇ ਵੀ ਹੁੰਦੇ ਸੀ ਅੱਛਾ 2 ਸਾਲ ਮੈਂ ਉਹ ਕੰਮ ਕੀਤਾ ਪਰ ਮੈਂ ਜਿੱਦਾਂ ਹੀ ਉਹ ਪਾਸ ਕੀਤੀ ਪਲੱਸ 2 ਮੇਰੇ ਅੰਦਰ ਫਿਰ ਇੱਕ ਉਹ ਨਾ ਸਪਾਰਕ ਜਿਹਾ ਇੰਨਾ ਆ ਗਿਆ ਕਿ ਨਹੀਂ ਮੈਂ ਇਸ ਕੰਮ ਲਈ ਨਹੀਂ ਬਣਿਆ ਮੈਨੂੰ ਪਤਾ ਲੱਗ ਗਿਆ ਕਿ ਕਾਲਜ ਇੱਕ ਚੀਜ਼ ਹੁੰਦੀ ਹੈ ECA ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਓਕੇ ਉਹਦੇ ਚ ਤੁਹਾਨੂੰ ਸਟੇਜ ਕਰਨ ਦਾ ਮੌਕਾ ਮਿਲਦਾ ਹੈ ਯੂਨੀਵਰਸਿਟੀ ਲੈਵਲ ਤੇ ਫਿਰ ਇੰਟਰ ਯੂਨੀਵਰਸਿਟੀ ਜਾਂਦੇ ਹੋ ਤੁਸੀਂ ਜਿਹੜਾ ਬੰਦਾ ਉਹਦੇ ਚ ਕੰਮ ਕਰ ਜਾਂਦਾ ਛਾ ਜਾਂਦਾ ਉਹਨੂੰ ਅੱਗੇ ਮੌਕੇ ਮਿਲਦੇ ਨੇ ਤੇ ਮੈਂ ਆਪਣੇ ਘਰ ਕਹਿੰਦਾ ਕਿ ਮੈਂ ਕੰਮ ਨਹੀਂ ਕਰਨਾ ਹਾਲਾਂਕਿ ਮੈਨੂੰ ਚੋਂ ਪੈਸੇ ਆ ਰਹੇ ਸੀ ਮੇਰੇ ਘਰ ਦੇ ਖੁਸ਼ ਸੀ ਕਿ ਮੁੰਡਾ ਸੈੱਟ ਹੋ ਗਿਆ ਪਰ ਮੈਂ ਉਲਟੀ ਗੱਲ ਕਰ ਕਹਿੰਦੀ ਕਿ ਮੈਂ ਤਾਂ ਕਾਲਜ ਐਡਮਿਸ਼ਨ ਲੈਣੀ ਹੈ ਤੇ ਫਿਰ ਘਰ ਦੇ ਮੇਰੇ ਹਮੇਸ਼ਾ ਹੀ ਸਪੋਰਟਿਵ ਰਹੇ ਬੁਰੇ ਹਾਲਾਤਾਂ ਚ ਵੀ ਚੰਗਿਆਂ ਚ ਵੀ ਮੰਮੀ ਮੇਰੇ ਕਹਿੰਦੇ ਵੀ ਬੇਟਾ ਤੈਨੂੰ ਐਡਮਿਸ਼ਨ ਤਾਂ ਤੂੰ ਲੈ ਲੈ ਪਰ ਸਾਡੇ ਕੋਲ ਤੇਰੇ ਪਾਪਾ ਡੈਡੀ ਨੂੰ ਫੇਰ ਕਹਿਏਗਾ ਫੀਸ ਲਈ ਤਾਂ ਉਹ ਤਾਂ ਤੈਨੂੰ ਪਤਾ ਵੀ ਔਖੇ ਸੋਖੇ ਜਿੱਥੋਂ ਮਰਜ਼ੀ ਕਰਕੇ ਦੇਣਗੇ ਪਰ ਉਹਨਾਂ ਦਾ ਹੱਥ ਐਸ ਵੇਲੇ ਪੈਂਦਾ ਨਹੀਂ ਮੈਂ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਫੀਸ ਨਹੀਂ ਲੈਂਦਾ ਉਹ ਮੈਂ ਕਾਲਜ ਜਾ ਕੇ ਕਹਤਾ ਜੀ ਮੈਨੂੰ ਫ੍ਰੀਸ਼ਿਪ ਚਾਹੀਦੀ ਮੈਨੂੰ ਨਹੀਂ ਪਤਾ ਲੱਗਿਆ ਕਿ ਆਰਟਿਸਟ ਨੂੰ ਫ੍ਰੀਸ਼ਿਪ ਦੇ ਦਿੰਦੇ ਨੇ ਉਹ ਮੈਨੂੰ ਕਾਲਜ ਵਾਲੇ ਕਹਿੰਦੇ ਫ੍ਰੀਸ਼ਿਪ ਉਹਨੂੰ ਦੇਈ ਦੀ ਜਿਹਦੀ ਕੋਈ ਅਚੀਵਮੈਂਟ ਹੁੰਦੀ ਹੈ ਤੇ ਮੈਂ ਕਹਿੰਦੀ ਜਿਹਦੀ ਅਚੀਵਮੈਂਟ ਹੋਣ ਵਾਲੀ ਉਹਨੂੰ ਕਿਉਂ ਨਹੀਂ ਦੇ ਸਕਦੇ ਕੀ ਬਾਤ ਪ੍ਰੋਫੈਸਰ ਮਨਹਾਸ ਹੁੰਦੇ ਸੀ ਜੰਮੂ ਚਲੇ ਕੇ ਬਾਅਦ ਚ ਬੜੇ ਕਮਾਲ ਆਦਮੀ ਸੀ ਉਹ ਮੇਰੀ ਗੱਲ ਤੋਂ ਖੁਸ਼ ਹੋ ਗੋਣਾ ਮੇਰੀ ਐਡਮਿਸ਼ਨ ਕਰਤੀ ਨਾਲ ਗੋਲਾ ਮਾਰਤਾ ਉੱਤੇ ਕਿ 75 ਰੁਪਏ ਫੀਸ ਜਮਾ ਕਰਾ ਕੇ ਐਡਮਿਸ਼ਨ ਲੈ ਲੈ ਪਰ ਜੇ ਯੂਥ ਫੈਸਟੀਵਲ 'ਚ ਤੇਰੀਆ ਪੋਜੀਸ਼ਨਾਂ ਨਾ ਆਈਆਂ ਉਹ ਪੋਜੀਸ਼ਨ ਤੇ ਤੈਨੂੰ ਫੀਸ ਜਮ੍ਹਾਂ ਕਰਾਣੀ ਪੈਣੀ ਮੈਂ ਕਿਹਾ ਸਰ ਉਹ ਹੁਣ ਮੇਰੀ ਟੈਨਸ਼ਨ ਹੈ ਮੈਂ ਕਿਹਾ ਮੈਂ ਫੀਸ ਦੇਵਾਂਗਾ ਪਰ ਉਹ ਫਿਰ ਜਿਹੜਾ ਫੈਸਟੀਵਲ ਪਹਿਲਾਂ ਹੀ ਮੈਂ ਪਾਰਟਿਸਿਪੇਟ ਕੀਤਾ ਸੀ ਉਹਦੇ ਚ ਸਾਡਾ ਵਨ ਐਕਟਡ ਪਲੇ ਫਰਸਟ ਆਇਆ ਉਹਦੇ ਚ ਮੈਂ ਬੈਸਟ ਐਕਟਰ ਆਇਆ ਸਕਿੱਟ ਸਾਡੀ ਫਰਸਟ ਆਈ ਉਹਦੇ ਚ ਮੈਂ ਬੈਸਟ ਐਕਟਰ ਆਇਆ ਮੋਨੋ ਐਕਟਿੰਗ ਮੇਰੀ ਫਰਸਟ ਆਈ ਔਰ ਸਾਰੀਆਂ ਪੋਜੀਸ਼ਨਾਂ ਹੀ ਮੇਰੀਆਂ ਸੀ ਫਿਰ ਜਦੋਂ ਨੋਟਿਸ ਬੋਰਡ ਤੇ ਮੇਰੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਫਿਰ ਮੈਂ ਪ੍ਰੋਫੈਸਰ ਸਾਹਿਬ ਨੂੰ ਮਨਾਸਾ ਨੂੰ ਪੁੱਛਿਆ ਮੈਂ ਕਿ ਸਰ ਹੁਣ ਕਿੱਦਾਂ ਕਰਨਾ ਜੀ ਕਹਿੰਦੇ ਪੁੱਤਰ ਹੁਣ ਲਾਈਫਟਾਈਮ ਫ੍ਰੀ ਆ ਭਾਵੇਂ ਇੱਥੇ ਹੀ ਪੜੀ ਜਾ ਹੁਣ ਹੋਰ ਕੁਝ ਕਰੀ ਨਾ ਤੂੰ ਫਿਰ ਮਜ਼ੇ ਦੀ ਗੱਲ ਹੈ ਕਿ ਤਿੰਨ ਚਾਰ ਸਾਲਾਂ ਬਾਅਦ ਉਸੇ ਕਾਲਜ ਦੇ ਵਿੱਚ ਮੈਂ ਪੇਰੋਲ ਤੇ ਵੀ ਸੀਗਾ ਮੈਂ ਸੈਲਰੀ ਲੈਣ ਲੱਗ ਗਿਆ ਮੈਨੂੰ ਈਸੀ ਇੰਸਟ੍ਰਕਟਰ ਰੱਖ ਲਿਆ ਸੀ ਉਹਨਾਂ ਨੇ ਦੁਆਬਾ ਕਾਲਜ ਜਲੰਧਰ ਦੀ ਗੱਲ ਕਰ ਰਿਹਾ ਜੀ ਮੈਂ ਤੇ ਇੱਥੋਂ ਫਿਰ ਮੇਰਾ ਕੈਰੀਅਰ ਸ਼ੁਰੂ ਹੁੰਦਾ ਜੀ ਪਰ ਜਦੋਂ ਤੁਹਾਨੂੰ ਇੰਨੇ ਰਿਜੈਕਸ਼ਨਸ ਮਿਲੇ ਤੁਸੀਂ ਕਿਆ ਕੀ ਲੋਕੀ ਇੱਕ ਤਰ੍ਹਾਂ ਨਾਲ ਵੇਖਦੇ ਸੀ ਭਾਵੇਂ ਤੁਹਾਡੀ ਮਤਲਬ ਪੂਰ ਬੈਕਗ੍ਰਾਉਂਡ ਨੂੰ ਲੈ ਕੇ ਹੋਵੇ ਜਾਂ ਫਿਰ ਤੁਹਾਡੀ ਲੁਕਸ ਨੂੰ ਲੈ ਕੇ ਹੋਵੇ ਸੋ ਉਹ ਰਿਜੈਕਸ਼ਨ ਉਸ ਵੇਲੇ ਤੁਸੀਂ ਕਿਵੇਂ ਹੈਂਡਲ ਕਰਦੇ ਸੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਵਾਂਗਾ ਕਿ ਰਿਜੈਕਸ਼ਨ ਦੀ ਆਦਤ ਪੈ ਗਈ ਹੋਈ ਸੀ ਜਦੋਂ ਤੁਹਾਨੂੰ ਗਰੀਬੀ ਠੇਡੇ ਮਾਰਦੀ ਹੈ ਨਾ ਤੇ ਤੁਹਾਨੂੰ ਰਿਜੈਕਸ਼ਨਸ ਕੋਈ ਵੱਡੀਆਂ ਨਹੀਂ ਲੱਗਦੀਆਂ ਪਤਾ ਹੀ ਹੈ ਕਿ ਰੋਜ਼ ਕੋਈ ਨਾ ਕੋਈ ਸਾਹਮਣੇ ਰਿਜੈਕਸ਼ਨ ਕੋਈ ਨਾ ਕੋਈ ਮੁਸੀਬਤ ਸਾਹਮਣੇ ਆਉਂਦੀ ਆਉਂਦੀ ਹੈ ਤੇ ਇੱਕ ਇਹ ਵੀ ਸਹੀ ਤੇ ਇੱਕ ਬੰਦੇ ਦਾ ਮੈਂ ਨਾਂ ਨਹੀਂ ਲਵਾਂਗਾ ਦੂਰਦਰਸ਼ਨ ਚ ਪ੍ਰੋਡਿਊਸਰ ਹੁੰਦੇ ਸੀ ਤੇ ਉਹ ਸਾਰਿਆਂ ਨੂੰ ਟੀਚਰਾਂ ਕਰਨੀਆਂ ਲਾ ਕੇ ਗੱਲ ਕਰਨੀ ਕਿਸੇ ਨੂੰ ਜ਼ਲੀਲ ਕਰਨ ਵਾਲੀ ਸਿਚੁਏਸ਼ਨ ਚ ਚਲੇ ਜਾਣਾ ਉਹਨਾਂ ਨੇ ਇੱਕ ਦਿਨ ਮੈਨੂੰ ਵੀ ਕਿਤੇ ਖੜੇ ਖਲੋਤੇ ਨੂੰ ਟੀਚਰ ਕਰਤੀ ਤੇ ਮੈਂ ਗੋਰ ਰਿਐਕਟ ਕਰ ਦਿੱਤਾ ਉਹਨਾਂ ਨੂੰ ਬੜੀਆਂ ਮਿਰਚਾਂ ਲੱਗੀਆਂ ਵੀ ਮੈਂ ਦੂਰਦਰਸ਼ਨ ਦਾ ਪ੍ਰੋਡਿਊਸਰ ਇਹਨੇ ਕੱਲ ਦੇ ਛੋਕਰੇ ਨੇ ਮੈਨੂੰ ਰਿਐਕਟ ਕਰਤਾ ਮੈਂ ਕੀਤਾ ਰਿਸਪੈਕਟਫੁਲੀ ਬਟ ਮੈਨੂੰ ਦੱਸਦਾ ਕਿ ਭਾਈ ਮੈਂ ਇਦਾਂ ਦੀਆਂ ਗੱਲਾਂ ਸੁਣਨ ਨਹੀਂ ਇੱਥੇ ਆਇਆ ਤੇ ਨਾ ਹੀ ਮੈਂ ਤੇਰੀਆਂ ਸੁਣਨੀਆਂ ਮੇਰੇ 'ਚ ਕੁਝ ਹੋਏਗਾ ਤਾਂ ਮੈਂ ਆਪਣੀ ਥਾਂ ਬਣਾ ਲਾਂਗਾ ਨਹੀਂ ਤੇ ਮੈਂ ਤੇਰੇ ਕੋਲ ਖੈਰਾਤ ਲੈਣ ਨਹੀਂ ਆਇਆ ਉਹਨੂੰ ਪਹਿਲੀ ਵਾਰੀ ਕਿਸੇ ਨੇ ਜਵਾਬ ਦਿੱਤਾ ਸੀ ਅੱਗੋਂ ਉਹਨੇ 4 ਦਿਨਾਂ ਬਾਅਦ ਮੇਰੇ ਤੋਂ ਬਦਲਾ ਲਿਆ ਮੇਰੇ ਇੱਕ ਦੋਸਤ ਨੂੰ ਕਹਿੰਦਾ ਮਲਕੀਤ ਕਹਿੰਦਾ ਕਿ ਮੈਂ ਸੀਰੀਅਲ ਬਣਾ ਰਿਹਾ ਯਾਰ ਉਹਦੇ 'ਚ ਯੰਗ ਮੁੰਡਾ ਚਾਹੀਦਾ ਕੋਈ 18-20 ਸਾਲ ਦਾ ਤੇ ਕੋਈ ਦੱਸ ਯਾਰ ਤੇ ਉਹ ਕਹਿੰਦਾ ਕੋਈ ਨਹੀਂ ਜੀ ਹੈਗਾ ਮੁੰਡਾ ਦੇ ਦਿੰਨੇ ਆ ਅਜੀ ਉਹਨੇ ਇੰਨੀ ਗੱਲ ਹੀ ਕਹੀ ਤੇ ਮੈਂ ਨਾਲ ਹੀ ਖੜਾ ਸੀ ਉਹ ਨਹੀਂ ਇਹ ਨਹੀਂ ਚਾਹੀਦਾ ਕਹਿੰਦਾ ਮੈਨੂੰ ਕੋਈ ਵਧੀਆ ਸਮਾਰਟ ਜਿਹਾ ਬੰਦਾ ਐਕਟਿਵ ਜਿਹਾ ਚਾਹੀਦਾ ਕਹਿੰਦਾ ਇਦਾਂ ਦੇ ਢਿੱਲੇ ਨਹੀਂ ਚੱਲਨੇ ਮੇਰੇ ਕੋਲ ਰਿਜੈਕਸ਼ਨ ਤੇਰਾ ਹੱਕ ਹੈ ਪਰ ਟੀਚਰ ਤੇਰਾ ਹੱਕ ਨਹੀਂ ਹੈਗਾ ਤੂੰ ਆਪੀ ਗੱਲ ਕੀਤੀ ਤੂੰ ਆਪ ਹੀ ਰਿਜੈਕਟ ਕਰਤਾ ਕੋਈ ਗੱਲ ਨਹੀਂ ਫਿਰ ਇੱਕ ਟਾਈਮ ਆਇਆ ਜੀ ਦੂਰਦਰਸ਼ਨ ਨੇ ਆਪਣਾ ਨਿਊ ਇਅਰ ਰੀਵ ਦਾ ਪ੍ਰੋਗਰਾਮ ਬਹੁਤ ਵੱਡਾ ਉੱਥੇ ਮਨਾਇਆ ਕੋਈ ਤੇ ਉੱਥੇ ਮੈਨੂੰ ਉਹਨਾਂ ਨੇ ਸਪੈਸ਼ਲੀ ਬੁਲਾਇਆ ਉਦੋਂ ਮੈਂ ਬੰਬੇ ਰਹਿੰਦਾ ਹੁੰਦਾ ਸੀ ਫਿਰ ਉਸੇ ਦੂਰਦਰਸ਼ਨ ਦੇ ਪੋਰਚ ਵਿੱਚ ਜਾ ਕੇ ਮੇਰੀ ਗੱਡੀ ਰੁਕੀ ਤੁਹਾਨੂੰ ਇੱਕ ਲਾਈਸਨਿੰਗ ਆਫੀਸਰ ਦਿੰਦੇ ਨੇ ਜਿਹੜਾ ਤੁਹਾਡੀ ਟੇਕ ਕੇਅਰ ਕਰਦਾ ਫਿਰ ਉਸੇ ਬੰਦੇ ਦੀ ਡਿਊਟੀ ਲੱਗੀ ਸੀ ਐਜ਼ ਅ ਲਾਈਸਨਿੰਗ ਆਫੀਸਰ ਮੇਰੇ ਨਾਲ ਤੇ ਫਿਰ ਮੈਂ ਕਿ ਕੁਦਰਤ ਦੇ ਰੰਗ ਨੇ ਨਾ ਮੈਨੂੰ ਉਸ ਦਿਨ ਕੋਈ ਜ਼ਿਆਦਾ ਖੁਸ਼ੀ ਹੋਈ ਕਿ ਅੱਜ ਇਹਦੀ ਡਿਊਟੀ ਮੇਰੇ ਨਾਲ ਲੱਗੀ ਤੇ ਨਾ ਹੀ ਮੈਨੂੰ ਉਸ ਦਿਨ ਕੋਈ ਜ਼ਿਆਦਾ ਦੁੱਖ ਹੋਇਆ ਸੀ ਬਿਨਾਂ ਕੀ ਗੱਲ ਕਹੀ ਸੋ ਮੈਨੂੰ ਲੱਗਦਾ ਕਿ ਇਸ ਦੁਨੀਆ ਦੇ ਵਿੱਚ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਨਾ ਸਕਸੈਸ ਨੂੰ ਨਾ ਫੇਲਿਅਰ ਨੂੰ ਕਾਮੇਡੀ ਵੈਲ ਆਣਾ ਤੁਹਾਡੀ ਆਪਣੀ ਚੋਇਸ ਹੀ ਆ ਤੁਹਾਨੂੰ ਵਧੀਆ ਲੱਗਦਾ ਸੀ ਕਾਮੇਡੀ ਕਰਨਾ ਜਾਂ ਤੁਹਾਨੂੰ ਲੱਗਿਆ ਕਿ ਨਹੀਂ ਪੰਜਾਬੀ ਆਡੀਅנס ਜਿਹੜੀ ਹੈ ਉਹਨਾਂ ਨੂੰ ਉਹ ਉਸ ਵੇਲੇ ਪ੍ਰੋਜੈਕਟ ਹੀ ਕਾਮੇਡੀ ਬਣਦੇ ਸੀ ਜਦੋਂ ਮੈਂ ਸ਼ੁਰੂ ਕੀਤਾ ਨਾ ਮੈਂ ਪਹਿਲੀ ਵਾਰੀ ਮੋਨੋ ਐਕਟਿੰਗ ਦੇਖੀ ਲੁਧਿਆਣਾ ਦੇ ਵਿੱਚ ਕਿਸੇ ਕਾਲਜ ਦਾ ਮੈਂ ਨਾਂ ਉਹਨ ਭੁੱਲ ਗਿਆ ਗਵਰਨਮੈਂਟ ਕਾਲਜ ਸੀ ਸ਼ਾਇਦ ਉੱਥੇ ਮੋਨੋ ਐਕਟਿੰਗ ਹੋਈ ਬੜੇ ਅچھے ਆਰਟਿਸਟ ਰਹੇ ਸੀ ਅਨਿਲ ਸ਼ਰਮਾ ਉਹਨਾਂ ਨੇ ਇੱਕ ਮੋਨੋ ਐਕਟਿੰਗ ਕੀਤੀ ਉਹ ਜਿੱਦਾਂ ਜਿੱਦਾਂ ਪਰਫਾਰਮ ਕਰੀ ਜਾਵੇ ਆਡੀਅנס ਤਾੜੀਆਂ ਮਾਰ ਮਾਰ ਕੇ ਕੁਰਸੀਆਂ ਤੋਂ ਡਿੱਗੀ ਜਾਣ ਲੋਕ ਤੇ ਮੈਂ ਉਹਦੇ ਵੱਲ ਦੇਖਾਂ ਕਦੀ ਲੋਕਾਂ ਵੱਲ ਦੇਖਾਂ ਕਿ ਯਾਰ ਇੱਕ ਬੰਦਾ ਇੰਨਾ ਐਪਰੀਸ਼ੀਏਟ ਕਿਵੇਂ ਹੋ ਸਕਦਾ ਲੋਕ ਇਹਦੇ ਤੋਂ ਗੱਦਗਦ ਹੋ ਰਹੇ ਨੇ ਮੈਨੂੰ ਉਹ ਪਹਿਲੇ ਦਿਨ ਲੱਗਾ ਕਿ ਨਹੀਂ ਯਾਰ ਕਰਨੀ ਤਾਂ ਕਾਮੇਡੀ ਚਾਹੀਦੀ ਹੈ ਉਹ ਕੁਦਰਤੀ ਮਾਈਂਡ ਸ਼ਾਰਪ ਸੀਗਾ ਉਹਨੇ ਜੋ ਜੋ ਕੀਤਾ ਉਹ ਮੇਰੇ ਛੱਪ ਗਿਆ ਅੰਦਰ ਉਹ ਉਸੇ ਆਈਟਮ ਨੂੰ ਹੂਬ ਹੂ ਮੈਂ ਜਾ ਕੇ ਦੋ ਤਿੰਨ ਦਿਨ ਬਾਅਦ ਆਪਣੇ ਸ਼ਹਿਰ 'ਚ ਕਰਤਾ ਉਸ ਆਈਟਮ ਨੇ ਅੱਗ ਲਾ ਦਿੱਤੀ ਉਹ ਮੈਨੂੰ ਤਾਂ ਮੈਂ ਹੌਟਕੇਕ ਬਣ ਗਿਆ ਸ਼ਹਿਰ ਦਾ ਕੋਈ ਰੋਟਰੀ ਦਾ ਫੰਕਸ਼ਨ ਹੋਵੇ ਕੋਈ ਲਾਇਓਨਸ ਕਲੱਬ ਦਾ ਫੰਕਸ਼ਨ ਤੁਹਾਨੂੰ ਇਨਵੀਟੇਸ਼ਨ ਹੈ ਮੈਨੂੰ ਘਰੋਂ ਲੈਣ ਆ ਜਾਂਦੇ ਹੁੰਦੇ ਸੀ ਉਹਨਾਂ ਪਤਾ ਸੀ ਇਹਦੇ ਕੋਈ ਮਤਲਬ ਹੈ ਨਹੀਂ ਕੋਈ ਗੱਡੀ ਗੁੱਡੀ ਨਹੀਂ ਹੈਗੀ ਮੇਰੇ ਘਰ ਗੱਡੀ ਭੇਜ ਦਿੰਦੇ ਹੁੰਦੇ ਸੀ ਤੇ ਆਪਾਂ ਨੂੰ ਇੰਨਾ ਹੀ ਬੜਾ ਚਾ ਚੜਾ ਜਾਂਦਾ ਸੀ ਮੈਨੂੰ ਕਾਰ ਲੈਣ ਆਈ ਹੈ ਅਸੀਂ ਕਾਰ ਤੇ ਚਾਹ ਨੂੰ ਚਲੇ ਜਾਈਦਾ ਹੁੰਦਾ ਸੀ ਫਿਰ ਮੈਨੂੰ ਇੰਨਾ ਕੌਨਫੀਡੈਂਸ ਆ ਗਿਆ ਕਿ ਮੇਰੀ ਕਾਮੇਡੀ ਲੋਕਾਂ ਨੂੰ ਅਪੀਲ ਕਰਦੀ ਹੈ ਤੇ ਫਿਰ ਚਾਚਾ ਰੌਣਕੀ ਰਾਮ ਬਲਵਿੰਦਰ ਵਿੱਕੀ ਮੇਰੇ ਮੈਂਟਰ ਨੇ ਉਹਨਾਂ ਨੂੰ ਬੜਾ ਫਾਲੋ ਕਰਦਾ ਸੀ ਅਸ਼ਵਨੀ ਭਾਰਤਵਾੜ ਜੀ ਉਹਨਾਂ ਨੂੰ ਬੜਾ ਫਾਲੋ ਕਰਦਾ ਸੀ ਮੈਂ ਫਿਰ ਮੈਂ ਦੂਰਦਰਸ਼ਨ ਤੇ ਕਾਮੇਡੀ ਕਰਨੀ ਸ਼ੁਰੂ ਕੀਤੀ ਮੈਡਮ ਸਰਬਜੀਤ ਵੋਰਾ ਹੁੰਦੇ ਸੀ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਕਹਿੰਦੇ ਤੂੰ ਅਪਰੂਵਡ ਹੈ ਦੂਰਦਰਸ਼ਨ ਤੋਂ ਮੈਂ ਕਿਹਾ ਜੀ ਅਪਰੂਵਡ ਤਾਂ ਨਹੀਂ ਹੈਗਾ ਕਹਿੰਦੇ ਖਸਮਾਂ ਨੂੰ ਖਾਣਿਆ ਤੂੰ ਮੈਨੂੰ ਚਾਹੀਦਾ ਤੂੰ ਅਪਰੂਵਡ ਨਹੀਂ ਹੈਗਾ ਉਦੋਂ ਅਪਰੂਵਡ ਆਰਟਿਸਟਿਕ ਕੰਮ ਕਰ ਸਕਦੇ ਹੁੰਦੇ ਸੀ ਉਹਨਾਂ ਨੇ ਮੇਰੀ ਸਪੈਸ਼ਲ ਅਪਰੂਵਲ ਲਈ ਫਿਰ ਸਟੇਸ਼ਨ ਡਾਇਰੈਕਟਰ ਤੋਂ ਫੇਰ ਮੈਨੂੰ ਚੈਂਪੀਅਨ ਡਰਾਮੇ ਚੋਂ ਨਾ ਲਿਆ ਉਹਦੋਂ ਮੇਰੀ ਜ਼ਿੰਦਗੀ ਪਲਟ ਗਈ ਜੀ ਉੱਥੇ ਫਿਰ ਮੈਨੂੰ ਸੀਰੀਅਸ ਰੋਲ ਵੀ ਆਫਰ ਬੜੇ ਹੋਣ ਲੱਗੇ ਪਰ ਨਾਲ-ਨਾਲ ਮੇਰੀ ਇਮੇਜ ਬਣਦੀ ਗਈ ਐਜ਼ ਅ ਕਮੀਡੀਅਨ ਮੈਂ ਚਾਚਾ ਰੌਣਕੀ RAM ਜੀ ਦੇ ਸ਼ੋਅ ਰੌਣਕ ਮੇਲਾ ਚ ਆਉਣ ਲੱਗ ਗਿਆ ਉਹ ਬੜਾ ਹਿੱਟ ਹੋਇਆ ਉਹਦੇ ਸੀ ਮੇਰਾ ਨਾਮ ਕੁਗੀ ਰੱਖਿਆ ਗਿਆ ਸੀ ਤੇ ਉਹ ਫਿਰ ਕੁਗੀ ਦਾ ਕਰੈਕਟਰ ਬੜਾ ਹਿੱਟ ਹੋ ਗਿਆ ਮੇਰੇ ਨਾਮ ਦੇ ਨਾਲ ਹੀ ਜੁੜ ਗਿਆ ਫਿਰ 96 ਦੇ ਵਿੱਚ ਮੇਰੀ ਇੱਕ ਸਕਿੱਟ ਬੜੀ ਪਪੂਲਰ ਹੋ ਗਈ ਭੇਡਾਂ ਕਾਲੀਆਂ ਕਿ ਚਿੱਟੀਆਂ ਉਹਦੇ ਤੋਂ ਬਾਅਦ ਮੇਰੇ ਕੋਲ ਕੰਪਨੀ ਵਾਲੇ ਆ ਕੇ ਟੀ ਸੀਰੀਜ਼ ਵਾਲੇ ਮੈਨੂੰ ਸਾਈਨ ਕਰ ਲਿਆ ਮੇਰੀ ਆਡੀਓ ਆ ਗਈ ਉਹ ਦੌਰ ਨੇ ਫਿਰ ਮੈਨੂੰ ਸਿਰਫ ਕਮੀਡੀਅਨ ਬਣਾ ਦਿੱਤਾ ਇਹ ਦੱਸੋ ਕਿ ਗੁਰਪ੍ਰੀਤ ਸਿੰਘ ਵੜੈਚ ਤੇ ਗੁਰਪ੍ਰੀਤ ਸਿੰਘ ਕੁਗੀ ਕੀ ਚੀਜ਼ਾਂ ਵੱਖਰੀਆਂ ਨੇ ਗੁਰਪ੍ਰੀਤ ਵੜੈਚ ਦੇਖੋ ਜੀ ਇੱਕ ਸਧਾਰਨ ਘਰ ਦਾ ਮੁੰਡਾ ਔਰ ਉਹਨੇ ਸਟਰਗਲ ਸ਼ੁਰੂ ਕੀਤੀ ਐ ਐਕਟਰ ਬਣਨ ਵਾਸਤੇ ਐਕਟਰ ਬਣਿਆ ਵੀ ਪਰ ਗੁਰਪ੍ਰੀਤ ਕੁਗੀ ਇਹ ਮੇਰੇ ਉਸਤਾਦ ਚਾਚਾ ਰੌਣਕੀ ਰਾਮ ਹੁਣਾਂ ਦਾ ਦਿੱਤਾ ਹੋਇਆ ਨਾਮ ਹੈ ਉਹਨਾਂ ਦੇ ਸ਼ੋਅ ਦੇ ਵਿੱਚੋਂ ਇਹ ਨਾਮ ਮਿਲਿਆ ਸੀ ਪੌਪੁਲਾਰਿਟੀ ਮੈਨੂੰ ਪ੍ਰਸਿੱਧੀ ਇਸੇ ਨਾਮ ਨੇ ਦਵਾਈ ਹੈ ਔਰ ਮੈਂ ਇਸ ਨਾਮ ਦਾ ਹਮੇਸ਼ਾ ਥੈਂਕਫੁਲ ਰਵਾਂਗਾ ਕਿ ਗੁਰਪ੍ਰੀਤ ਵੜੈਚ ਨੂੰ ਨਵੇਂ ਆਯਾਮ ਦਿੱਤੇ ਗੁਰਪ੍ਰੀਤ ਖੁੱਗੀ ਨੇ ਜਿਹੜਾ ਪੰਜਾਬੀ ਸਿਨੇਮਾ ਦਾ ਇੱਕ ਟਿਪੀਕਲ ਸਟੀਰੀਓ ਟਿਪੀਕਲ ਸਟਾਈਲ ਹੈ ਕੰਮ ਕਰਨ ਦਾ ਉਸ ਤੋਂ ਆਪਾਂ ਕਿੰਨੇ ਆਜ਼ਾਦ ਹੋਏ ਆ ਬਾਈ ਜੀ ਕੁੱਟਣਗੇ ਜਿਹਦੇ ਵਿੱਚ ਮੇਰਾ ਬੂਟਾ ਸਿੰਘ ਦਾ ਰੋਲ ਹੈ ਹਨਾ ਦੀਪ ਖੜੋਤ ਜਿਹਦੇ ਹੀਰੋ ਹੈ ਉਪਾਸਨਾ ਜੀ ਦੀ ਪ੍ਰੋਡਿਊਸ ਕੀਤੀ ਹੋਈ ਫਿਲਮ ਹੈ ਇਹਦੀ ਮੈਂ ਗੱਲ ਤਾਂ ਕਰ ਰਿਹਾ ਕਿ ਇੱਥੇ ਤੱਕ ਪਹੁੰਚਣਾ ਔਰ ਜੀ ਆਇਆਂ ਨੂੰ ਤੋਂ ਸ਼ੁਰੂ ਕਰਨਾ ਇਦੇ ਵਿੱਚ ਮੈਂ ਇਹ ਸਫਰ ਦੇ ਦੌਰਾਨ ਇਹੀ ਕੋਸ਼ਿਸ਼ ਕੀਤੀ ਹੈ ਕਿ ਕਦੇ ਸਟੀਰੀਓਟਾਈਪ ਨਹੀਂ ਹੋਣਾ। ਹੂੰ ਔਰ ਜਦੋਂ ਮੈਂ ਆਇਆ ਨਾ ਜੀ ਪੰਜਾਬੀ ਫਿਲਮਾਂ ਦੇ ਵਿੱਚ ਮੈਂ ਉਹ ਸਮੇਥ ਨੂੰ ਵੀ ਤੋੜਿਆ ਕਿ ਕਾਮੇਡੀਅਨ ਕੌਣ ਹੁੰਦੇ ਨੇ ਜਿਹੜੇ ਨਿੱਕਰ ਪਾ ਕੇ ਆ ਗਏ ਜਾਂ ਨਾਲਾ ਲਮਕਾ ਕੇ ਆ ਗਏ ਜਾਂ ਯੱਬਲੀਆਂ ਮਾਰਨ ਆ ਗਏ ਉਹ ਹਾਸੇ ਪੰਦੇ ਨੇ ਨਹੀਂ। ਮੇਰੀ ਪਹਿਲੀ ਫਿਲਮ ਜੀਆਂ ਉਹਦੇ ਵਿੱਚ ਮੈਂ ਸੂਟ ਪਾਇਆ ਹੋਇਆ ਔਰ ਮੈਂ ਟਾਈ ਲਾਈ ਹੋਈ ਹੈ ਪਾ ਕੇ ਠੋਕੇ ਬੰਨੀ ਮੈਂ ਟਰੈਵਲ ਏਜੰਟ ਬਣਿਆ। ਹੂੰ ਔਰ ਲੋਕਾਂ ਨੂੰ ਗਲੈਮਰਾਇਜ਼ ਕਰਦੇ ਵਾਰ ਕਹਿੰਦਾ ਇੱਕ ਨੰਬਰ ਦਾ ਕੰਮ ਕਰੀਦਾ ਰਸੀਦ ਕੱਟ ਕੇ ਦੇ ਦਈਦੀ ਹੈ ਕਹਿੰਦਾ ਉਹ ਫੋਟੋ ਨੂੰ ਸੁਖਣਾ ਲੈ ਕੇ ਦੁਕਾਨ ਲੈ ਕੇ ਜਾਂਦਾ ਹੈ ਕਹਿੰਦਾ ਇਹ ਸੁਖਣਾ ਲੈ ਕੇ ਕਹਿੰਦਾ ਇੱਥੇ ਤਾਂ ਹੁਣ ਇੰਨੀ ਡਿਵੈਲਪਮੈਂਟ ਹੋ ਗਈ ਤੋ ਹੋਰ 2 ਸਾਲਾਂ ਨੂੰ ਹੋਵੇ ਸੁਖਣਾ ਲੈਕਦੀ ਤਾਂ ਸੁਖਣਾ ਲੈਣ ਬਣੀ ਹੋਣੀ ਹੈ ਵਿੱਚ ਪਲਾਟ ਕੱਟੇ ਗੁਣੇ ਵਿੱਚ ਕਿਤੇ ਛੋਟਾ ਜਿਹਾ ਆਫਿਸ ਸਾਡਾ ਵੀ ਹੋਣਾ ਹੈ ਕਿ ਮੇਰੀ ਫੋਟੋ ਤਾਂ ਖਿੱਚ ਜਿਹੜਾ ਕੁੜੀ ਨਾਲ ਉਹ ਜਿਹੜਾ ਸਟਾਈਲ ਸੀ ਲੋਕਾਂ ਨੂੰ ਬੜਾ ਪਸੰਦ ਆਇਆ ਜੀ ਕਿ ਬੰਦਾ ਕਿਵੇਂ ਗਲੈਮਰਾਇਜ਼ ਕਰਦਾ ਕਿਵੇਂ ਵੱਡੀਆਂ ਵੱਡੀਆਂ ਛੱਡ ਰਿਹਾ ਹੈ ਤੇ ਮੈਂ ਉਸ ਤੋਂ ਬਾਅਦ ਇਹ ਸਮਝ ਲਿਆ ਕਿ ਨਹੀਂ ਇੱਕ ਜੈਂਟਲ ਤਰੀਕਾ ਜਿਹੜਾ ਕਾਮੇਡੀ ਦਾ ਹੁੰਦਾ ਹੈ ਸਟਲ ਫਿਲਮਾਂ ਦੇ ਵਿੱਚ ਉਹ ਲੋਕੀ ਪਸੰਦ ਕਰਦੇ ਨੇ ਮੈਂ ਤੁਹਾਡਾ ਇੰਟਰਵਿਊ ਸੁਣਿਆ ਸੀ 9 ਸਾਲ ਪੁਰਾਣਾ ਇੰਟਰਵਿਊ ਉਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਆਡੀਅנס ਜਿਹੜੀ ਹੈ ਨਾ ਪੰਜਾਬੀ ਉਹ ਐਂਟਰਟੇਨਮੈਂਟ ਪਾਲਦੀ ਹੈ ਉਹ ਹਲੇ ਸਿਨੇਮਾ ਨਹੀਂ ਵੇਖਣਾ ਚਾਹੁੰਦੀ ਹੁਣ ਤੁਸੀਂ ਕੀ ਸੋਚਦੇ ਹੋ ਪੰਜਾਬੀ ਆਡੀਅנס ਬਾਰੇ 9 ਸਾਲ ਬਾਅਦ ਮੈਂ ਉਹ ਗੱਲ ਕਹੀ ਸੀ ਨਾ 9 ਸਾਲ ਪਹਿਲਾਂ 9 ਸਾਲ ਬਾਅਦ ਮੈਂ ਕਹਿੰਦੇ ਕਿ ਆਡੀਅנס ਨੂੰ ਸਮਝ ਆ ਗਈ ਕਿ ਅਰਦਾਸ ਵੀ ਦੇਖਣੀ ਹੈ ਅੰਗਰੇਜ਼ ਫਿਲਮ ਵੀ ਦੇਖਣੀ ਹੈ ਗੋਰਿਆਂ ਨੂੰ ਦਫਾ ਕਰੋ ਜਿੱਥੇ ਦੇਖਣੀ ਹੈ ਉੱਥੇ ਉਹਨਾਂ ਨੇ ਹਈਏ ਉਥੇ ਸੁਫਨਾ ਗਲ ਵਕੜੀ ਕਿਸਮਤ ਉਥੇ ਅੜਬ ਮਟਿਆਰਾ ਵੀ ਦੇਖਦੇ ਆ ਲੋਕ ਉਥੇ 1984 ਗੁਰਦਾਸਪਾਜੀ ਦੀ ਫਿਲਮ ਖੈਰ ਬੜੀ ਪੁਰਾਣੀ ਉਹ ਫਿਲਮ ਸੀ ਜਿਹੜੀ ਸਭ ਤੋਂ ਪਹਿਲੀਆਂ ਫਿਲਮਾਂ ਚੋਂ ਜਿਹੜੀ ਮੇਰੀ ਫੇਵਰੇਟ ਮੂਵੀ ਹੈ ਬੂਟਾ ਸਿੰਘ ਸ਼ਹੀਦ ਅਮਬਦ ਬੂਟਾ ਸਿੰਘ ਸੋ ਬਹੁਤ ਅੱਛੀਆਂ ਫਿਲਮਾਂ ਵੀ ਹੁਣ ਬਣੀਆਂ ਨੇ ਲੋਕ ਦੇਖਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਹੁਣ ਸਿਨੇਮਾ ਆਪਣੇ ਸਹੀ ਦੌਰ 'ਚ ਐਂਟਰ ਕਰ ਗਿਆ ਹੈ ਤੇ ਬਿਜ਼ਨਸ ਵਾਈਜ਼ ਤੁਹਾਨੂੰ ਕੀ ਲੱਗਦਾ ਪੰਜਾਬੀ ਇੰਡਸਟਰੀ ਕਿੰਨਾ ਕੁ ਵਧੀਆ ਕਰੀਏ ਜੇ ਆਪਾਂ ਇਸ ਹਰ ਹਫਤੇ ਇੱਕ ਫਿਲਮ ਤਾਂ ਰਿਲੀਜ਼ ਹੋ ਹੀ ਰਹੀ ਹੈ ਕਦੇ ਕਦੇ ਤਾਂ ਦੋ ਵੀ ਹੋ ਜਾਂਦੀਆਂ ਨੇ ਇੱਕ ਹਫਤੇ 'ਚ ਪਰ ਤੁਹਾਨੂੰ ਲੱਗਦਾ ਹੈ ਕਿ ਉਹ ਕਾਮਯਾਬ ਵੀ ਹੋ ਰਹੀਆਂ ਨੇ ਬਿਲਕੁਲ ਜੀ ਜੇ ਕੰਪੈਰੀਟਿਵਲੀ ਤੁਸੀਂ ਦੇਖੋ ਤੇ ਹਿੰਦੀ ਦੇ ਵਿੱਚ ਅਗਰ ਮੈਨੂੰ ਲੱਗਦਾ ਸਾਲ ਦੀ ਕੋਈ 300 ਫਿਲਮ ਬਣਦੀ ਹੋਣੀ ਹੈ ਜਿਆਦਾ ਵੀ ਹੋ ਸਕਦੀਆਂ ਪਰ ਇੰਨੀਆਂ ਕਿਤੇ ਬਣਦੀਆਂ ਨਹੀਂ ਜਿਨ੍ਹਾਂ 'ਚੋਂ 30 ਫਿਲਮਾਂ ਦਾ ਪਤਾ ਲੱਗਦਾ ਲੋਕਾਂ ਨੂੰ ਸਿਰਫ ਬਿਲਕੁਲ ਤੀ ਦੇ ਵਿੱਚੋਂ 10 ਹਿੱਟ ਹੁੰਦੀਆਂ ਨੇ ਹਨਾ ਤੇ ਇਹ ਦੇਖੋ ਰੇਸ਼ੋ ਕਿੱਥੇ ਜਾਂਦੀ ਹੈ ਸਾਡੀ ਜੇ ਮੈਨੂੰ ਲੱਗਦਾ ਜੇ 100 ਫਿਲਮ ਬਣਦੀ ਹੋਏਗੀ ਇੱਕ ਸਾਲ ਦੀ ਪੰਜਾਬੀ ਦੇ ਵਿੱਚ ਕੋਵਿਡ ਤੋਂ ਪਹਿਲਾਂ ਦੀ ਗੱਲ ਚਲੋ ਕਰ ਲੈਨੇ ਆ ਹੁਣ ਵੀ ਬਣਨ ਗਈਆਂ ਤੇ ਉਹਦੇ ਵਿੱਚੋਂ ਜੇ 10 ਫਿਲਮਾਂ ਹਿੱਟ ਹੋ ਜਾਂਦੀਆਂ ਤੇ ਸਾਡੀ ਰੇਸ਼ੋ ਬੈਟਰ ਜ਼ਿਆਦਾ ਅੱਛੀ ਹੈ ਹਨਾ ਜੀ ਕਿੱਥੇ 300 'ਚੋਂ 10 ਕਿੱਥੇ 100 'ਚੋਂ 10 ਫਿਲਮਾਂ ਹਿੱਟ ਹੋਣੀਆਂ ਸੋ ਠੀਕ ਜਾ ਰਹੇ ਆ ਆਜ਼ਾਦੀ ਦੇ 75 ਸਾਲ ਬਾਅਦ ਪੰਜਾਬ ਤੇ ਭਾਰਤ ਨੂੰ ਤੁਸੀਂ ਕਿੱਥੇ ਖੜਾ ਵੇਖਦੇ ਹੋ ਅਹ ਦੇਖੋ ਜੀ ਮੈਂ ਸਮਝਦਾ ਕਿ ਇਸ ਵੇਲੇ ਕੋਈ ਦੌਰ ਬਹੁਤੇ ਵਧੀਆ ਨਹੀਂ ਚੱਲ ਰਿਹਾ ਪੋਲੀਟੀਕਲੀ ਵੀ ਔਰ ਸੋਸ਼ੀਅਲੀ ਵੀ ਅਸੀਂ ਸੋਸ਼ੀਅਲੀ ਵੀ ਬਹੁਤ ਡਿਵਾਈਡ ਡਿਵਾਈਡੇਡ ਜੇ ਫੀਲ ਕਰਦੇ ਪਏ ਆ ਪੋਲੀਟੀਕਲੀ ਵੀ ਅਸੀਂ ਅੱਗੇ ਤੁਹਾਡਾ ਮਨ ਦੱਸਿਓ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਓ ਜਾਂ ਨਾ ਪਾਓ ਹਨਾ ਤੇ ਹੁਣ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਮੈਂ ਕਿਨੂੰ ਵੋਟ ਪਾਈ ਹੈ ਤੁਹਾਨੂੰ ਉਹ ਆਪਣੇ ਮੱਥੇ ਦੇ ਉੱਤੇ ਸਟicker ਲਵਾਉਣਾ ਪੈਂਦਾ ਕਿ ਮੈਂ ਕਿਹਦੇ ਨਾਲ ਆ which is very bad ਸਾਡਾ ਰਾਈਟ ਜਿਹੜਾ ਸੀ ਉਹ ਮੈਨੂੰ ਕਿਤੇ ਨਾ ਕਿਤੇ ਖਤਮ ਹੋਇਆ ਲੱਗਦਾ ਸੋ politically ਕੁਝ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਇਦਾਂ ਹੀ ਜੇ ਗੱਲ ਕਰੀਏ ਆਪਾਂ ਸੋਸ਼ਲ ਸਟਰਕਚਰ ਦੇ ਵਿੱਚ ਸੋਸ਼ਲ ਮੀਡੀਆ ਨੇ ਇੱਕ ਚੰਗਾ ਰੋਲ ਵੀ ਬਹੁਤ ਪਲੇ ਕੀਤਾ ਹੈ 네ਗੇਟਿਵ ਰੋਲ ਵੀ ਬਹੁਤ ਪਲੇ ਕੀਤਾ ਹੈ ਇਹ ਡਿਵਾਈਡ ਕਰਨ ਦੇ ਵਿੱਚ ਔਰ ਇੱਕ ਦੂਜੇ ਦੇ ਵਿੱਚ ਹੇਟ ਪੈਦਾ ਕਰਨ ਦੇ ਵਿੱਚ ਵੀ ਬੜਾ ਵੱਡਾ ਰੋਲ ਅਦਾ ਕਰ ਰਿਹਾ ਸੋ ਪਤਾ ਨਹੀਂ ਅਸੀਂ ਇਸ ਦੌਰ ਚੋਂ ਕਦੋਂ ਨਿਕਲਾਂਗੇ ਕਦੋਂ ਉੱਭਰਾਂਗੇ ਤੁਸੀਂ ਪੰਜਾਬ 'ਚ ਹੁਣ ਕੀ ਵੇਖ ਰਹੇ ਹੋ ਤੇ ਪੰਜਾਬ 'ਚ ਜਿਹੜੀ ਨਵੀਂ ਸਰਕਾਰ ਆਈ ਹੈ ਉਸ ਤੋਂ ਕੀ ਆਸਾ ਰੱਖਦੇ ਹੋ ਐਜ਼ ਐਨ ਆਰਟਿਸਟ ਜਾਂ ਐਜ਼ ਅ ਪੰਜਾਬੀ ਸਿਟੀਜ਼ਨ ਮੈਂ ਐਜ਼ ਐਨ ਆਰਟਿਸਟ ਤਾਂ ਕੋਈ ਉਮੀਦ ਨਹੀਂ ਰੱਖਦਾ ਜੀ ਕਿਉਂਕਿ ਮੈਂ ਚਾਹਾਂਗਾ ਮੇਰੀ ਲਾਈਨ ਨੂੰ ਤੁਸੀਂ ਹੁਲਾਰਾ ਦਿਓ ਕੋਈ ਬਿਜ਼ਨਸ ਵਾਲਾ ਕਹੇਗਾ ਮੇਰੀ ਲਾਈਨ ਨੂੰ ਨਹੀਂ ਸਾਨੂੰ ਆਪਣਾ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ ਔਰ ਕੋਈ ਬਹੁਤ ਜ਼ਰੂਰੀ ਚੀਜ਼ਾਂ ਹੋਣਗੀਆਂ ਤੇ ਸਰਕਾਰ ਨੂੰ ਕਰਨੀਆਂ ਵੀ ਚਾਹੀਦੀਆਂ ਜਿੱਦਾਂ ਇੱਕ ਇੰਡਸਟਰੀ ਨੂੰ ਸਟੈਂਡ ਕਰਨ ਲਈ ਜੋ ਸਰਕਾਰ ਨੂੰ ਹਾਮ ਕੋਈ ਨਹੀਂ ਜਿੱਦਾ ਸਿੰਗਲ ਵਿੰਡੋ ਪਰਮਿਸ਼ਨਸ ਸ਼ੂਟਿੰਗ ਦੀਆਂ ਦੇਣੀਆਂ ਆਪਣੇ ਸਿਨੇਮੇ ਨੂੰ ਪ੍ਰਮੋਟ ਕਰਨਾ ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਇਹ ਤਾਂ ਇੱਕ ਨੈਤਿਕ ਫਰਜ਼ ਬਣਦਾ ਸਰਕਾਰ ਨੂੰ ਐਸੀ ਕਰਨਾ ਚਾਹੀਦਾ ਤੇ ਦੂਜੇ ਪਾਸੇ ਐਜ਼ ਅ ਪੰਜਾਬ ਦਾ ਸਿਟੀਜ਼ਨ ਮੈਂ ਜ਼ਰੂਰ ਕਵਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਵਿਸ਼ਵਾਸ ਘਵਾਚਦਾ ਜਾ ਰਿਹਾ ਲੋਕਾਂ ਦਾ ਇੱਕ ਦੂਜੇ ਤੋਂ ਸਰਕਾਰਾਂ ਤੋਂ ਔਰ ਕਿਤੇ ਨਾ ਕਿਤੇ ਆਪਣੇ ਆਪ ਤੋਂ ਵੀ ਵਿਸ਼ਵਾਸ ਜਿਹੜਾ ਉੱਠਦਾ ਜਾ ਰਿਹਾ ਨਾ ਉਹ ਵਿਸ਼ਵਾਸ ਦੁਬਾਰਾ ਕਾਇਮ ਕਰਨ ਦੀ ਲੋੜ ਹੈ ਨਹੀਂ ਤਾਂ ਇਹ ਪਲਾਨ ਇਸੇ ਤਰ੍ਹਾਂ ਜਾਰੀ ਰਹੇਗਾ ਲੋਕ ਆਪ ਤੇ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰਨਾ ਜਾਰੀ ਰੱਖਣਗੇ ਬ੍ਰੇਨ ਡਰੇਨ ਹੁੰਦਾ ਰਹੇਗਾ ਜਾਂ ਤਾਂ ਸਟੂਡੈਂਟ ਦੇ ਰੂਪ ਦੇ ਵਿੱਚ ਬੱਚੇ ਬਾਹਰ ਚਲੇ ਜਾਣਗੇ ਤੇ ਜਾਂ ਜਿਹੜੇ ਇੱਥੇ ਵੀ ਪੜ ਰਹੇ ਨੇ ਉਹਨਾਂ ਵਾਸਤੇ ਇੱਥੇ ਪ੍ਰੋਪਰ ਰੋਜ਼ਗਾਰ ਨਹੀਂ ਤਾਂ ਉਹ ਵੀ ਦੂਜੀਆਂ ਸਟੇਟਾਂ 'ਚ ਜਾ ਕੇ ਕੰਮ ਕਰਨਗੇ ਕਿਤੇ ਨਾ ਕਿਤੇ ਪੰਜਾਬ ਲਈ ਬਹੁਤ ਇਹ ਖਤਰਨਾਕ ਗੱਲ ਹੈ ਜਿਹੜੇ ਸਾਡੇ ਸੀਐਮ ਨੇ ਉਹ ਆਰਟਿਸਟ ਆਪ ਹੀ ਆਰਟਿਸਟ ਨੇ ਤੁਸੀਂ ਉਹਨਾਂ ਨਾਲ ਬਹੁਤ ਕੰਮ ਵੀ ਕੀਤਾ ਹੈ ਉਹਨਾਂ ਤੋਂ ਉਹਨਾਂ ਤੋਂ ਕੀ ਲੱਗਦਾ ਤੁਹਾਨੂੰ ਕਿ ਕੀ ਬਿਹਤਰ ਹੋਏਗਾ ਕੁਝ ਪੰਜਾਬ ਦੇਖੋ ਮੈਂ ਜੋ ਓਨੈਸਟ ਓਪੀਨੀਅਨ ਆਪਣਾ ਦਿਆਂ ਤੇ ਇਹੀ ਕਵਾਂਗਾ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਅਜੇ ਤੱਕ ਵੀ ਇਹੀ ਫੀਲ ਆ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਦੋ ਤਰੀਕੇ ਨਾਲ ਚੱਲ ਰਹੀ ਹੈ ਸਰਕਾਰ ਪੰਜਾਬ ਤੋਂ ਚੱਲ ਰਹੀ ਹੈ ਕਿ ਦਿੱਲੀ ਤੋਂ ਚੱਲ ਰਹੀ ਹੈ ਕਨਫਿਊਜ਼ਨ ਜਿਹੜੀ ਹੈ ਇਹ ਜਲਦੀ ਤੋਂ ਜਲਦੀ ਲੋਕਾਂ ਨੂੰ ਕਲੀਅਰ ਹੋਣੀ ਚਾਹੀਦੀ ਹੈ ਲੋਕਾਂ ਨੂੰ ਲੱਗੇ ਕਿ ਹਾਂ ਜਿਹੜੇ ਡਿਸੀਜਨ ਨੇ ਚਾਹੇ ਤਾਂ ਦਿੱਲੀੋਂ ਲੈ ਜਾਂਦੇ ਤਾਂ ਵੀ ਪਤਾ ਲੱਗ ਜਾਵੇ ਵੀ ਦਿੱਲੀੋਂ ਲੈ ਜਾਣੇ ਨੇ ਜਾਂ ਪਤਾ ਲੱਗ ਜਾਵੇ ਕਿ ਨਹੀਂ ਪੰਜਾਬ ਦੇ ਪੰਜਾਬ ਚ ਲੈ ਜਾਣੇ ਇਹ ਮੈਂ ਨਹੀਂ ਬਲੇਮ ਨਹੀਂ ਕਰ ਰਿਹਾ ਕਿ ਇਦਾਂ ਹੀ ਹੈ ਮੈਂ ਲੋਕਾਂ ਚ ਰਹਿਣਾ ਪਬਲਿਕ ਚ ਰਹੀ ਦਾ ਪਬਲਿਕ ਚ ਇਹ ਚੀਜ਼ ਕਿੰਨਾ ਕਿਤੇ ਹੈਗੀ ਹੈ ਤੁਸੀਂ ਸਿਆਸਤ ਚ ਫੇਰ ਤੋਂ ਜਾਣਾ ਚਾਹੋਗੇ ਤੁਸੀਂ ਛੱਡ ਕਿਉਂ ਦਿੱਤੀ ਮੈਂ ਸਿਆਸਤ ਲਈ ਆਪਣੇ ਆਪ ਨੂੰ ਉਦੋਂ ਮਿਸਫਿਟ ਮਹਿਸੂਸ ਕੀਤਾ ਸੀ ਕਿ ਮੈਂ ਹੀ ਸਿਆਸਤ ਦੇ layak ਨਹੀਂ ਸਿਆਸਤ ਤਾਂ ਬਹੁਤ ਅੱਛੀ ਹੋ ਰਹੀ ਹੈ ਹੋ ਵੀ ਰਹੀ ਸੀ ਪਰ ਮੈਂ layak ਨਹੀਂ ਸੀ ਸਿਆਸਤ ਦੇ ਸੋ ਮੈਂ ਪ੍ਰੈਪਰੇਸ਼ਨ ਲਈ ਕਿ ਹੋਰ ਜ਼ਿਆਦਾ ਸਟਰੋਂਗ ਹੋ ਕੇ ਦੁਬਾਰਾ ਕਦੀ ਮੌਕਾ ਬਣਿਆ ਤੇ ਜ਼ਰੂਰ ਆਵਾਂਗਾ ਪਰ ਫਿਲਹਾਲ ਅਜੇ ਤੱਕ ਮੈਨੂੰ ਲੱਗ ਰਿਹਾ ਕਿ ਜੇ ਵੀ ਮੈਂ ਟ੍ਰੇਨਿੰਗ ਹੀ ਲਈ ਜਾ ਰਹੇ ਆ ਪਰ ਮੈਂ ਅਜੇ ਆਣਾ ਨਹੀਂ ਸਿਆਸਤ ਸਿੱਧੂ ਮੂਸੇਵਾਲੇ ਵਾਲੇ ਬਾਲਾ ਦਿਨਾਲ ਜੋ ਹੋਇਆ ਹੈ ਨਾ ਇੰਨਾ ਵੱਡਾ ਆਰਟਿਸਟ ਤੇ ਕਿਵੇਂ ਸ਼ਰਿਆਮ ਜੋ ਵੀ ਹੋਇਆ ਉਸ ਚੀਜ਼ ਨੂੰ ਲੈ ਕੇ ਕੀ ਤੁਹਾਡਾ ਕੀ ਤੁਸੀਂ ਸੋਚਿਆ ਇਹ ਬਹੁਤ ਇੱਕ ਦੁਖਦਾਈ ਘਟਨਾ ਹੋਈ ਹੈ ਇਸ ਤੋਂ ਪਹਿਲਾਂ ਮੁੰਡਾ ਨੰਗਲੰਬੀਆਂ ਮੈਨੂੰ ਰੀਜ਼ਨ ਨਹੀਂ ਪਤਾ ਕਿ ਇਹਦੇ ਪਿੱਛੇ ਹੈ ਕੋਈ ਕੌਣ ਕਰਵਾ ਰਿਹਾ ਕਿਉਂ ਹੋ ਰਿਹਾ ਕੀ ਹੋ ਰਿਹਾ ਮੀਡੀਆ ਚ ਜਾਂ ਸੋਸ਼ਲ ਮੀਡੀਆ ਤੇ ਕੀ ਦਿਖਾਇਆ ਜਾ ਰਿਹਾ ਉਹੀ ਸੱਚ ਹੈ ਜਾਂ ਇਹਦੇ ਪਿੱਛੇ ਹੋਰ ਕਹਾਣੀਆਂ ਨੇ ਮੈਨੂੰ ਕਿਸੇ ਚੀਜ਼ ਦਾ ਇਲਮ ਨਹੀਂ ਹੈ ਪਰ ਅਫਸੋਸ ਬਹੁਤ ਹੈ ਕਿ ਮਾਵਾਂ ਦੇ ਬੱਚੇ ਇਦਾਂ ਮਰਨੇ ਔਰ ਖਾਸ ਤੌਰ ਤੇ ਟੈਲੈਂਟਡ ਬੱਚੇ ਜਿਨ੍ਹਾਂ ਨੇ ਜ਼ਿੰਦਗੀਆਂ ਲਾ ਕੇ ਚੀਜ਼ਾਂ ਸਿੱਖੀਆਂ ਆਪਣਾ ਜਿਹੜਾ ਟੈਲੈਂਟ ਸੀ ਉਹਨੂੰ ਲੋਕਾਂ ਦੇ ਅੱਗੇ ਲੈ ਕੇ ਆਏ ਉਹ ਮਿੰਟ ਦੇ ਵਿੱਚ ਖਾਕ ਦੀ ਢੇਰੀ ਹੋ ਜਾਣੇ ਹੁਣ ਪੰਜਾਬੀ ਫਿਲਮਾਂ ਵਿੱਚ ਪਾਕਿਸਤਾਨੀ ਆਰਟਿਸਟ ਵੀ ਨਜ਼ਰ ਆ ਰਹੇ ਨੇ ਕਾਮੇਡੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਇਸ ਸਾਂਝ ਨੂੰ ਤੁਸੀਂ ਕਿਵੇਂ ਵੇਖਦੇ ਹੋ ਸਾਡੀ ਫਿਲਮ ਆਈ ਸੀ ਪਿੰਡ ਦੀ ਕੁੜੀ ਸੁਖਵੰਤ ਢੱਡਾ ਹੋਣਾ ਨੇ ਡਾਇਰੈਕਟ ਕੀਤੀ ਸੀ ਇਕਬਾਲ ਟਿੱਲੋ ਹੋਣੀ ਪ੍ਰੋਡਿਊਸਰ ਸੀ ਉਹਦੇ ਉਹਦੇ ਵਿੱਚ 2004 ਦੇ ਵਿੱਚ ਵੀ ਅਸ਼ਰਫ ਰਾਹੀ ਸਾਹਿਬ ਤੇ ਤਾਰਿਕ ਜਾਵੈਦ ਹੋਣਾ ਨੂੰ ਉੱਥੋਂ ਬੁਲਾਇਆ ਗਿਆ ਸੀ ਅੱਛਾ ਔਰ ਇੱਕ ਕੁੜੀ ਪਾਕਿਸਤਾਨ ਦੀ ਬੜੀ ਵੱੱਜ ਪਪੂਲਰ ਹੋਈ ਸਾਡੇ ਬਿਗ ਬਾਸ ਜੀ ਆਈ ਸੀ ਵੀਨਾ ਮਲੇਖ ਉਹ ਹੀਰੋਇਨ ਸੀ ਸਰਬਜੀਤ ਚੀਮਾ ਦੀ ਔਰ ਸ਼ੀਬਾ ਬੱਟ ਜਿਨ੍ਹਾਂ ਦਾ ਉਹ ਬੜਾ ਮਸ਼ਹੂਰ ਸੀ ਬਕਰਾ ਕਿਸ਼ਤੋਂ ਪੇ ਹਮ ਹਣਾ ਉਹ ਵੀ ਆਏ ਸੋ ਅਸੀਂ ਤਾਂ 2004 'ਚੇ ਕੰਮ ਕਰ ਲਿਆ ਸੀ ਸਾਡੀ ਉਦੋਂ ਤੋਂ ਕੋਸ਼ਿਸ਼ ਸੀਗੀ ਕਿ ਪੰਜਾਬ ਇੱਕ ਹੈ ਤੇ ਪੰਜਾਬ ਦੇ ਲੋਕ ਅਸੀਂ ਉਹਨਾਂ ਦੇ ਲੋਕਾਂ ਨੂੰ ਪਿਆਰ ਕਰਦੇ ਆ ਆਰਟਿਸਟਾਂ ਨੂੰ ਪਿਆਰ ਕਰਦੇ ਆ ਉਹ ਸਾਨੂੰ ਐਪਰੀਸ਼ੀਏਟ ਕਰਦੇ ਨੇ ਫਿਰ ਕੰਬਾਈਨ ਹੋ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਪੰਜਾਬ ਤਾਂ 47 ਤੋਂ ਬਾਅਦ ਸਿਰਫ ਲਕੀਰ ਪਈ ਹੈ ਨਾ ਪੰਜਾਬ ਤਾਂ ਉਧਰ ਦੀ ਪੰਜਾਬ ਵੱਡਾ ਪੰਜਾਬ ਉਧਰ ਰਹਿ ਗਿਆ ਸਾਨੂੰ ਛੋਟਾ ਪੰਜਾਬ ਮਿਲਿਆ ਸੋ ਮੈਨੂੰ ਲੱਗਦਾ ਹੈ ਕਿ ਇੱਕ ਚੰਗਾ ਸਾਈਨ ਹੈ ਇੱਕ ਲੈਂਗੁਏਜ ਲਈ ਕੰਮ ਕਰਦੇ ਕਲਾਕਾਰ ਜਦੋਂ ਇੱਕ ਮੰਚ ਤੇ ਕੰਮ ਕਰਦੇ ਨੇ ਤਾਂ ਉਹਦੇ ਨਾਲ ਵਿਸਥਾਰ ਹੁੰਦਾ ਜੇ ਘਾ ਕਦੇ ਕੋਈ ਬਹੁਤ ਅੱਛੀ ਫਿਲਮ ਉੱਥੇ ਬਣਾਉਂਦਾ ਕੋਈ ਆਫਰ ਕਰਦਾ ਮੇਰੇ ਕਰਨ ਵਾਲਾ ਰੋਲ ਹੋਏਗਾ ਤਾਂ ਮੈਂ ਜ਼ਰੂਰ ਕਰਾਂਗਾ ਜੀ ਜੀ ਤੇ ਬਾਈ ਜੀ ਕੁੱਟਣਗੇ ਬਾਰੇ ਤੁਸੀਂ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈ ਤੇ ਕੀ ਸਪੈਸ਼ਲ ਵੇਖਣ ਨੂੰ ਮਿਲੇਗਾ ਇਸ ਵਾਰ ਕੀ ਡਿਫਰੈਂਟ ਤੁਸੀਂ ਕੀਤਾ ਹੈ ਇਸ ਰੋਲ ਲਈ ਮੈਂ ਇਹੀ ਕਵਾਂਗਾ ਕਿ ਬੈਕ ਟੂ ਦਾ ਬੇਸਿਕਸ ਜਿੱਦਾਂ ਲੋਕ ਮੈਨੂੰ ਪਹਿਲਾਂ ਦੇਖਦੇ ਹੁੰਦੇ ਸੀ ਵਿੱਚ ਮੈਂ ਐਵੇਂ ਸੀਰੀਅਸ ਜਿਹਾ ਹੀ ਹੋ ਗਿਆ ਸੀ ਹੈਨਾ ਸੀਰੀਅਸ ਰੋਲ ਤਾਂ ਕਰਦਾ ਵੀ ਤੁਸੀਂ ਵਦਿਆ ਲੱਗਦੇ ਸੀਰੀਅਸ ਰੋਲ ਵੀ ਮੈਂ ਕਰਦਾ ਸੀ ਅੱਗੋਂ ਵੀ ਕਰਾਂਗਾ ਪਰ ਮੈਂ ਕਾਮੇਡੀ ਵਿੱਚ ਵੀ ਬੜਾ ਸੀਰੀਅਸ ਜਿਹਾ ਕਈ ਵਾਰੀ ਹੋਣ ਲੱਗ ਗਿਆ ਸੀ ਸੰਜੀਦਾ ਜਿਹਾ ਤਰੀਕਾ ਮੈਂ ਖੁੱਲ ਕੇ ਪਰਫਾਰਮ ਕਰਨਾ ਬੰਦ ਕਰਤਾ ਸੀ ਹੈਨਾ ਤੇ ਉਹ ਫਿਰ ਮੈਂ ਆਪਣਾ ਪਹਿਲਾਂ ਤਾਂ ਉਹ ਛੱਲ ਜੀ ਲਾਈ ਆਪਣੀ ਜਿਹੜੀ ਚੜ ਗਈ ਸੀ ਉੱਤੇ ਮੇਰੇ ਤੇ ਇਹ ਕਿਉਂ ਆਇਆ ਸੀ ਉਹ ਐਵੇਂ ਹੀ ਬੰਦੇ ਨੂੰ ਲੱਗਣ ਨਹੀਂ ਲੱਗ ਪੈਂਦਾ ਕਿ ਨਹੀਂ ਥੋੜੀ ਮੈਚਿਓਰਿਟੀ ਜੀ ਆ ਜਾਂਦੀ ਨਾ ਪਿੰਨੇ ਨੂੰ ਸੋ ਇਹਦੇ ਵਿੱਚ ਮੈਂ ਉਹ ਲਿਬਰਟੀ ਲਈ ਹੈ ਮੈਂ ਦੁਬਾਰਾ ਪਹਿਲੇ ਵਰਗਾ ਕੰਮ ਕੀਤਾ ਏਦਾਂ ਇੱਕ ਫਿਲਮ ਮੇਰੀ ਬਾਅਦ ਚ ਆਉਣੀ ਹੈ ਪੁਰਾਣਾ 2 ਉਹਦੇ ਵਿੱਚ ਵੀ ਮੈਂ ਖੁੱਲ ਕੇ ਕੰਮ ਕੀਤਾ ਤੋ ਮੈਂ ਆਪਣੇ ਉਸ 에ਰਾਂ ਨੂੰ ਇੰਜੋਏ ਕੀਤਾ ਜਿੱਦਾਂ ਦਾ ਮੈਂ ਪਹਿਲਾਂ ਹੁੰਦਾ ਸੀ ਤੇ ਕਿਉਂਕਿ ਜਦੋਂ ਮੈਂ ਇੰਜੋਏ ਕੀਤਾ ਤਾਂ ਆਡੀਅנס ਜ਼ਰੂਰ ਇੰਜੋਏ ਕਰੇਗੀ ਮੇਰਾ ਰੋਲ ਜਿਹੜਾ ਬੂਟਾ ਸਿੰਘ ਦਾ ਬਾਕੀ ਸਮੀਪ ਕੰਗ ਨਾਲ ਕੰਮ ਕਰਨਾ ਹਮੇਸ਼ਾ ਇੱਕ ਤੁਹਾਡੇ ਲਈ ਪ੍ਰਿਵਿਲੇਜ ਹੁੰਦਾ ਹੈ